ਸਥਾਨਕ ਸ਼ਹਿਰ ਲਹਿਰਾਗਾਗਾ ਦੇ ਐਸਡੀ ਸਕੂਲ ਦੇ ਨਜ਼ਦੀਕ ਇੱਕ ਸਤਪਾਲ ਸਿੰਘ ਪੁੱਤਰ ਦਰਬਾਰਾ ਸਿੰਘ ਦੀ ਟੇਲਰ ਮਾਸਟਰ ਦੀ ਦੁਕਾਨ 'ਚ ਭਿਆਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਮੁਤਾਬਿਕ ਦੁਕਾਨ ਦੇ ਮਾਲਕ ਸਤਪਾਲ ਸਿੰਘ ਨੇ ਦੱਸਿਆ ਕਿ ਲੰਘੀ ਸਵੇਰ ਤਕਰੀਬਨ ਸਵੇਰੇ 4 ਵਜੇ ਦੁਕਾਨ ਦੇ ਗੁਆਂਢੀਆਂ ਦਾ ਫੋਨ ਆਇਆ ਸੀ ਕਿ ਤੁਹਾਡੀ ਦੁਕਾਨ ਵਿੱਚੋਂ ਧੂੰਆਂ ਨਿਕਲ ਰਿਹਾ ਹੈ। ਜਦੋਂ ਸਵੇਰੇ 4 ਵਜੇ ਆਪਣੀ ਦੁਕਾਨ ਤੇ ਆਇਆ ਤਾਂ ਦੇਖਿਆ ਦੁਕਾਨ ਦੇ ਵਿੱਚ ਅੱਗ ਲੱਗੀ ਹੋਈ ਸੀ। ਇਸ ਮੌਕੇ ਗੁਆਂਢੀਆਂ ਦੀ ਸਹਾਇਤਾ ਦੇ ਨਾਲ ਉਸਨੇ ਦੁਕਾਨ ਵਿੱਚ ਲੱਗੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਜ਼ਿਆਦਾ ਹੋਣ ਕਾਰਨ ਅੱਗ ਤੇ ਕਾਬੂ ਨਾ ਪਾਇਆ ਗਿਆ। ਅੱਗ ਨੂੰ ਲੈ ਕੇ ਸ਼ਹਿਰ ਦੇ ਵਿੱਚ ਇਹ ਪਹਿਲੀ ਘਟਨਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਈ ਘਟਨਾਵਾਂ ਇਸ ਸ਼ਹਿਰ ਵਿੱਚ ਵਾਪਰ ਚੁੱਕੀਆਂ ਹਨ। ਜਾਣਕਾਰੀ ਦਿੰਦਿਆਂ ਸਤਪਾਲ ਸਿੰਘ ਨੇ ਦੱਸਿਆ ਕਿ ਮੌਕੇ ਤੇ ਅੱਗ ਬੁਝਾਉਣ ਦਸਤਾ ਸ਼ਹਿਰ ਵਿੱਚ ਨਾ ਹੋਣ ਕਰਕੇ ਸਾਰੀ ਦੁਕਾਨ ਅੱਗ ਦੀ ਲਪੇਟ ਵਿੱਚ ਆ ਗਈ। ਜਦੋਂ ਤੱਕ ਪ੍ਰਸ਼ਾਸਨ ਵੱਲੋਂ ਕੋਈ ਪ੍ਰਬੰਧ ਕੀਤਾ ਜਾਂਦਾ ਉਦੋਂ ਤੱਕ ਸਾਰੀ ਦੁਕਾਨ ਸੜ ਕੇ ਸੁਆਹ ਹੋ ਚੁੱਕੀ ਸੀ। ਅੱਛਾ, ਕਿਸ ਚੀਜ਼ ਦੀ ਦੁਕਾਨ ਸੀ ਆਪਣੀ? ਸਿਲਾਈ ਦੀ ਸੀ, ਟੇਲਰ ਵਾਸਤੇ। ਅੱਛਾ, ਕੀ ਹੋਇਆ, ਘਟਨਾ ਕੀ ਵਾਪਰੀ ਹੈ? ਮੈਨੂੰ ਘਟਨਾ ਸਵੇਰੇ 4 ਵਜੇ ਪਤਾ ਲੱਗਿਆ ਸੀ। 4 ਵਜੇ ਜਦੋਂ ਦੇਖਿਆ ਤਾਂ ਉਹਦੀ ਅੱਗ ਲੱਗ ਰਹੀ ਸੀ ਬਿਲਕੁਲ ਜੀ, ਕੋਈ ਵੀ ਚੀਜ਼ ਨਹੀਂ ਬੱਝੀ। ਤਾਂ ਗੁਆਂਢੀ ਨੇ ਸ਼ਟਰ ਭੰਨ ਕੇ ਤਾਂ ਭਜਾਉਣ ਲੱਗ ਰਹੇ ਸੀਗੇ। ਸਭ ਬਿਲਕੁਲ ਸੁਆਹ ਹੋ ਰਿਹਾ ਸੀ, ਸਾਰਾ ਕੁਝ ਮਸ਼ੀਨਾਂ ਤੇ ਕੱਪੜਾ ਕੁਪੜਾ ਟੇਬਲ ਮੱਚ ਗਿਆ, ਬਿਲਕੁਲ ਕੁਝ ਵੀ ਨਹੀਂ ਬੱਝਿਆ। ਦੁਕਾਨ ਦੇ ਵਿੱਚ ਅੱਗ ਲੱਗਣ ਦਾ ਕੀ ਕਾਰਨ ਹੋ ਸਕਦਾ ਹੈ? ਕਾਰਨ ਬਿਜਲੀ ਸਰਕਟ ਹੋ ਸਕਦਾ, ਹੋਰ ਤਾਂ ਕੁਝ ਨਹੀਂ ਹੋ ਸਕਦਾ। ਅੱਛਾ, ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ? 1,00,000 ਰੁਪਏ ਦਾ ਸੀ ਬਿਲਕੁਲ ਜੀ। ਅੱਛਾ, ਕੋਈ ਜਾਨੀ ਮਾਨੀ ਨੁਕਸਾਨ? ਕੋਈ ਵੀ ਨੁਕਸਾਨ ਨਹੀਂ ਹੋਇਆ। ਅੱਛਾ, ਸੋਨੂ ਕਿਤੋਂ ਕਿਵੇਂ ਪਤਾ ਲੱਗਿਆ ਕਿ ਤੁਹਾਡੀ ਦੁਕਾਨ ਦੇ ਵਿੱਚ ਅੱਗ ਲੱਗੀ ਹੈ? ਮੈਨੂੰ ਸਾਹਮਣੇ ਜਿਹੜੇ ਮਕਾਨ ਮਾਲਕ ਨੇ ਉਹਨਾਂ ਨੇ ਦੱਸਿਆ ਸੀਗਾ ਵੀ ਦੁਕਾਨ 'ਚੋਂ ਧੂੰਆਂ ਨਿਕਲੀ ਜਾਂਦਾ, ਪਰ ਉਹਨਾਂ ਨੇ ਜਿੰਦਾ ਤੋੜ ਕੇ ਦੇਖਿਆ ਤਾਂ ਦੁਕਾਨ ਨੂੰ ਅੱਗ ਲੱਗ ਗਈ। ਅੱਛਾ, ਜਦੋਂ ਮੈਂ ਆਇਆ ਤਾਂ ਬਿਲਕੁਲ ਅੱਗ ਲੱਗ ਚੁੱਕੀ ਸੀ ਤੇ ਉਹ ਬੁਝਾਉਣ ਲੱਗ ਰਹੀ ਸੀ। ਕਿਤੇ ਤੁਸੀਂ ਕੀ ਮੰਗ ਰੱਖਦੇ ਹੋ? ਮੰਗ ਤਾਂ ਇਹੀ ਰੱਖਦੇ ਹਾਂ ਪ੍ਰਸ਼ਾਸਨ ਤੋਂ ਕਿ ਇਹ ਜਿਹੀ ਘਟਨਾ ਨਾ ਆਉਣ ਜਿੰਨੀਆਂ ਪਹਿਲਾਂ ਹੁੰਦੀਆਂ ਨੇ, ਇਹਦੀ ਕੋਈ ਫੈਸਿਲਿਟੀ ਹੋਣੀ ਚਾਹੀਦੀ ਹੈ। देश विदेश के तमाम खबरों से जुड़े रहने के लिए सब्सक्राइब करें सच कहूं और बेल आइकन प्रेस करके पाएं हर लेटेस्ट अपडेट सबसे पहले।